ਦੇਸ਼ ਵਿੱਚ ਚੰਡੀਗੜ ਅਜੀਹਾ ਕੱਲਾ ਸ਼ਹਿਰ ਹੈ ਜਿੱਥੇ ਹੁਣ ਪੈਟਰੋਲ ਨਾਲ ਚੱਲਣ ਵਾਲੇ ਜੇ 2-ਵਿਲਰ ਆ ਉਹਦੀ ਰਜਿਸਟ੍ਰੇਸ਼ਨ ਬਿਲਕੁਲ ਬੰਦ ਹੋ ਚੁੱਕੀ ਹੈ ਜਦ ਕਿ ਇਲੈਕਟ੍ਰਿਕ ਜਿਹੜੇ ਵੀਹਿਕਲ ਨੇ ਉਹਨਾਂ ਦੀ ਸੇਲ ਡਬਲ ਹੋ ਚੁੱਕੀ ਹੈ ਇਸ ਵਿੱਤੀ ਬਾਰੇ ਵਿੱਚ ਪਾਲਿਸੀ ਲਾਗੂ ਹੋਣ ਨਾਲ 171 ਦਿਨਾਂ ਦੇ ਵਿੱਚ 300 ਦੇ ਕਰੀਬ ਇਲੈਕਟ੍ਰਿਕ ਵੀਹਿਕਲ ਜਿਹੜੇ 2-ਵਿਲਰ ਆ ਉਹ ਵਿਕ ਚੁੱਕੇ ਨੇ ਚੰਡੀਗੜ੍ਹ ਵਿੱਚ ਪਿਛਲੀ 10 ਫਰਵਰੀ ਤੋਂ ਪੈਟਰੋਲ ਟੂ-ਵੀਲਰ ਦੀ ਜਿਹੜੀ ਰਜਿਸਟ੍ਰੇਸ਼ਨ ਉਹ ਬੰਦ ਹੋ ਚੁੱਕੀ ਹੈ ਇਹ ਦੇਸ਼ ਦਾ ਪਹਿਲਾ ਸ਼ਹਿਰ ਹੈ ਜਿੱਥੇ ਟੂ-ਵੀਲਰ ਦੀ ਜਿਹੜੀ ਵਿਕਰੀ ਤੇ ਕੈਪਿੰਗ ਲਗਾ ਦਿੱਤੀ ਗਈ ਹੈ ਵਜ੍ਹਾ ਇਹ ਹੈ ਕਿ ਪ੍ਰਸ਼ਾਸਨ ਦੀ ਜਿਹੜੀ ਇਲੈਕਟ੍ਰਿਕ ਵਹੀਕਲ ਪਾਲਿਸੀ ਆ ਉਹਦਾ ਅਸਰ ਆ ਹੁਣ 31 ਮਾਰਚ ਤੱਕ ਚੰਡੀਗੜ੍ਹ ਦੇ ਵਿੱਚ ਕੋਈ ਵੀ ਪੈਟਰੋਲ ਨਾਲ ਚੱਲਣ ਵਾਲਾ ਟੂ-ਵੀਲਰ ਕੋਈ ਵੀ ਖਰੀਦ ਨਹੀਂ ਪਾਏਗਾ ਦਰਅਸਲ ਇਲੈਕਟ੍ਰਿਕ ਪਾਲਿਸੀ ਦੇ ਵਿੱਚ ਹੌਲੀ-ਹੌਲੀ ਪੈਟਰੋਲ ਵਹੀਕਲ ਨੂੰ ਘਟਕਰਨ ਅਤੇ ਇਲੈਕਟ੍ਰਿਕ ਵਹੀਕਲ ਨੂੰ ਪ੍ਰਮੋਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਲੈਕਟ੍ਰਿਕ ਵਹੀਕਲ ਟੂ-ਵੀਲਰ ਦੀ ਜਿਹੜੀ ਖਰੀਦ ਵਿੱਚ ਤੇਜ਼ੀ ਆ ਚੁੱਕੀ ਆ ਮੌਜੂਦਾ ਜਿਹੜਾ ਵਿੱਤੀ ਵਰਾ ਪਾਲਿਸੀ ਲਾਗੂ ਹੋਣ ਤੋਂ ਪਹਿਲਾਂ ਇੱਥੇ 171 ਦਿਨਾਂ ਵਿੱਚ 200 ਜਿਹੜੇ 98 ਇਲੈਕਟ੍ਰਿਕ ਵਹੀਕਲ ਦੀ ਜਿਹੜੀ ਰਜਿਸਟ੍ਰੇਸ਼ਨ ਹੋਈ ਸੀ ਤੇ ਹੁਣ ਪਾਲਿਸੀ ਲਾਗੂ ਹੋਣ ਤੋਂ ਬਾਅਦ 100 33 ਦਿਨਾਂ ਦੇ ਵਿੱਚ 507 ਟੂ-ਵੀਲਰ ਦੀ ਜਿਹੜੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਜਾਨੀ ਪਹਿਲਾਂ ਜਿੱਥੇ ਹਰ ਰੋਜ਼ ਇੱਕ ਜਾਂ ਦੋ ਜਿਹੜੇ ਇਲੈਕਟ੍ਰਿਕ ਵਹੀਕਲ ਟੂ-ਵੀਲਰ ਵੇਚ ਰਹੇ ਸੀ ਹੁਣ ਉੱਥੇ ਗਿਣਤੀ 4 ਹੋ ਚੁੱਕੀ ਹੈ ਇੱਕ ਇਲੈਕਟ੍ਰਿਕ ਵਹੀਕਲ ਕੰਪਨੀ ਦੇ ਡਾਇਰੈਕਟਰ ਜਤੇਜਿੰਦਰ ਕਹਿੰਦੇ ਨੇ ਕਿ ਪਾਲਿਸੀ ਲਾਗੂ ਹੋਣ ਤੋਂ ਪਹਿਲਾਂ ਜਿੱਥੇ ਹਰ ਮਹੀਨੇ 20 ਦੇ ਕਰੀਬ ਇਲੈਕਟ੍ਰਿਕ ਵਹੀਕਲ ਜਿਹੜੇ ਉਹ ਵਿਕਦੇ ਸੀ ਹੁਣ ਇਹ ਅੰਕੜਾ 50 ਤੱਕ ਪਹੁੰਚ ਗਿਆ ਉੱਥੇ ਹੀ 2 ਮਹੀਨੇ ਪਹਿਲਾਂ ਇਲੈਕਟ੍ਰਿਕ ਵੀਕਲ ਦੀ ਜਿਹੜੀ ਆਊਟਲੈਟ ਸ਼ੁਰੂ ਕਰਨ ਵਾਲੀ ਕੰਪਨੀ ਦੇ ਇੱਕ ਸੇਲਜ਼ ਹੈੱਡ ਗਤਾਂਜਲੀ ਚੱਡਾ ਕਹਿੰਦੇ ਨੇ ਕਿ 2 ਮਹੀਨਿਆਂ ਦੇ ਵਿੱਚ ਉਹਨਾਂ ਦੀ ਕੰਪਨੀ 100 ਤੋਂ ਜ਼ਿਆਦਾ ਇਲੈਕਟ੍ਰਿਕ ਵੀਕਲ ਵੇਚ ਚੁੱਕੀ ਹੈ ਹਾਲਾਂਕਿ ਇਸ ਪਾਲਿਸੀ ਨਾਲ ਬੜੀਆਂ ਮੁਸ਼ਕਲਾਂ ਵੀ ਸ਼ੁਰੂ ਹੋ ਚੁੱਕੀਆਂ ਨੇ ਪਰ ਜਿਹੜਾ ਚੁਰਿੰਦਾ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੂੰ ਹੀ ਇਲੈਕਟ੍ਰਿਕ ਜਿਹੜਾ ਵੀਕਲ 2 ਵੀਲਰ ਬਣਾਉਂਦੀਆਂ ਨੇ ਉਹ ਜਿੱਥੇ ਬਣਾ ਰਹੀਆਂ ਨੇ ਉੱਥੇ ਸ਼ਹਿਰ ਦੇ ਵਿੱਚ ਹਲੇ ਜਿਹੜੇ ਚਾਰਜਿੰਗ ਸਟੇਸ਼ਨ ਆ ਉਹ ਪੂਰੀ ਤਰ੍ਹਾਂ ਹਲੇ ਸ਼ੁਰੂ ਨਹੀਂ ਹੋਏ। ਦੂਸਰੀ ਤਰਫ ਜਿਹੜੇ ਡੀਲਰ ਜਿਹੜੇ ਸਿਰਫ ਪੈਟਰੋਲ ਨਾਲ ਚੱਲਣ ਵਾਲੇ ਜਿਹੜੇ ਟੂ-ਵੀਲਰ ਹੀ ਵੇਚਦੇ ਸਨ ਉਹਨਾਂ ਦੇ ਧੰਦੇ ਤੇ ਕਾਫੀ ਅਸਰ ਪਿਆ। ਪ੍ਰਸ਼ਾਸਨ ਨੇ ਜਿਹੜੇ ਆਨਲਾਈਨ ਜਿਹੜੇ ਪੋਰਟਲ ਉਹ ਵੀ ਬਲੌਕ ਕਰ ਦਿੱਤੇ ਨੇ ਜਿਸ ਤੇ ਜਿਹੜੇ ਡੀਲਰ ਰਜਿਸਟ੍ਰੇਸ਼ਨ ਕਰਦੇ ਸਨ। ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰ ਆਫ ਚੰਡੀਗੜ੍ਹ ਨੇ ਸੈਡ ਚੰਡੀਗੜ੍ਹ ਪ੍ਰਸ਼ਾਸਨ ਦੀ ਇਸ ਪਾਲਿਸੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਵੀ ਚੁਣੌਤੀ ਦਿੱਤੀ ਸੀ ਲੇਕਿਨ ਸਟੇ ਨਹੀਂ ਮਿਲਿਆ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 24 ਫਰਵਰੀ ਨੂੰ ਪ੍ਰਸ਼ਾਸਨ ਨੂੰ ਪੱਖ ਰੱਖਣ ਵਾਸਤੇ ਕਿਹਾ ਹੁਣ ਅਗਰ ਪਿਛਲੇ 5 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਪੈਟਰੋਲ ਤੇ ਇਲੈਕਟ੍ਰਿਕ ਵਹੀਕਲ ਜਿਹੜੇ ਉਹਦੀ ਰਜਿਸਟ੍ਰੇਸ਼ਨ ਕਦੋਂ ਹੋਈ ਆ ਸਾਲ 2018 ਦੇ ਵਿੱਚ ਕੁੱਲ 28882 ਜਿਹੜੇ ਵੀਕਲ ਨੇ ਰਜਿਸਟਰਡ ਹੋਏ ਸੀ ਜਿੰਨਾਂ ਚੋ ਇਲੈਕਟ੍ਰਿਕ ਵੀਕਲ 29 ਤੇ ਨਾਨ ਜਿਹੜੇ ਇਲੈਕਟ੍ਰਿਕ ਵੀਕਲ 28053 ਸੀ 2019 ਦੀ ਗੱਲ ਕੀਤੀ ਜਾਵੇ ਤਾਂ ਕੁੱਲ 25842 ਜਿਹੜੇ ਟੂ ਵੀਲਰ ਰਜਿਸਟਰਡ ਹੋਏ ਸੀ ਜਿਹਦੇ ਚੋ 18 ਇਲੈਕਟ੍ਰਿਕ ਵੀਕਲ ਸੀ ਤੇ 25824 ਨਾਨ ਇਲੈਕਟ੍ਰਿਕ ਵੀਕਲ 220 ਦੀ ਗੱਲ ਕੀਤੀ ਜਾਵੇ ਤਾਂ ਕੁੱਲ 14969 ਜਿਹੜੇ ਵੀਕਲ ਰਜਿਸਟਰਡ ਹੋਏ ਸਟੂ ਵੀਲਰ ਜਿਹਦੇ ਚ ਸਿਰਫ 11 ਇਲੈਕਟ੍ਰਿਕ ਵੀਕਲ ਸੀ ਜਦਕਿ 14958 ਨਾਨ ਵੀਕਲ ਸੀ ਇਲੈਕਟ੍ਰਿਕ ਵੀਕਲ 2021 ਦੇ ਵਿੱਚ ਕੁੱਲ 16319 ਰਜਿਸਟਰਡ ਹੋਏ ਨੇ ਮੋਟਰਸਾਈਕਲ ਜਾਂ ਪੈਟਰੋਲ ਨਾਲ ਚੱਲਣ ਵਾਲੇ ਟੂ ਵੀਲਰ ਜਿਹਦੇ ਚ 120 ਜਿਹੜੇ ਸੀ ਉਹ ਇਲੈਕਟ੍ਰਿਕ ਸੀ ਬਾਕੀ ਪੈਟਰੋਲ ਨਾਲ 16119 ਔਰ 2022 ਦੀ ਗੱਲ ਕੀਤੀ ਜਾਵੇ ਤਾਂ ਕੁੱਲ ਰਜਿਸਟਰਡ ਜਿਹੜੇ ਏਸੀ ਟੂ ਵੀਲਰ 21597 ਜਿਹਦੇ ਚੋਂ 795 ਇਲੈਕਟ੍ਰਿਕ ਵੀਕਲ ਸੀ ਜਦਕਿ 20802 ਨਾਨ ਇਲੈਕਟ੍ਰਿਕ ਵੀਕਲ ਸੀ ਹੁਣ 2023 ਦੀ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਕੁੱਲ 1832 ਰਜਿਸਟਰ ਵਿਕੇ ਨੇ ਰਜਿਸਟਰਡ ਹੋਏ ਨੇ ਜਿਹਦੇ ਚੋਂ 134 ਇਲੈਕਟ੍ਰਿਕ ਵੀਕਲ ਨੇ ਤੇ 1698 ਨਾਨ ਇਲੈਕਟ੍ਰਿਕ ਵੀਕਲ ਹੁਣ ਜਿਹੜੇ ਬਲਵਿੰਦਰ ਸਿੰਘ ਉਬਰਾਏ ਨੇ ਰਾਇਲ ਇਨਫੀਲਡ ਡੀਲਰ ਨੇ ਆਟੋ ਸਟੋਰ ਦੇ ਓਨਰ ਹੋ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਸਾਡੇ ਨਾਲ ਚਾਰ ਜਿਹੜੀਆਂ ਪੀੜੀਆਂ ਨੇ ਇਸੇ ਕਾਰੋਬਾਰ 'ਚ ਲੱਗੀਆਂ ਸੀ ਪਰ ਹੁਣ ਉਹ ਕੀ ਵੇਚਣਗੇ ਕਹਿੰਦੇ ਕਿ ਕੰਪਨੀਆਂ ਇਲੈਕਟ੍ਰਿਕ ਵਹੀਕਲ ਬਣਾ ਹੀ ਨਹੀਂ ਰਹੀ ਤੋ ਉਹ ਵੇਚਣਗੇ ਕੀ ਸਾਡੀਆਂ ਚਾਰ ਪੀੜੀਆਂ ਇਹੀ ਕੰਮ ਕਰੀਆਂ ਸੀ ਔਰ ਕੋਈ ਬਿਜ਼ਨਸ ਹੋਰ ਨਹੀਂ ਸੀ ਸਾਡੇ ਕੋਲ 50-60 ਕਰਮੀ ਕੰਮ ਕਰ ਰਹੇ ਸੀ ਪਰ ਹੁਣ ਡੀਲਰਾਂ ਦੀ ਜਿਹੜੀ ਸਰਵਾਈਵਲ ਆ ਉਹ ਬੜੀ ਔਕੀ ਹੋ ਗਈ ਹੈ। ਕਰੀਬ 40 ਕਰੋੜ ਦੀਆਂ ਗੱਡੀਆਂ ਡੀਲਰਾਂ ਕੋਲ ਖੜੀਆਂ ਨੇ ਤੇ 40 ਲੱਖ ਰੁਪਏ ਇੰਟਰਸਟ ਲੱਗ ਰਿਹਾ ਹੈਗਾ। ਇਸ ਲਈ ਪ੍ਰਸ਼ਾਸਨ ਨੂੰ ਇਸ ਬਾਰੇ ਸੋਚਣਾ ਚਾਹੀਦਾ। ਉਹਨਾਂ ਵੱਲੋਂ ਸੋਮਵਾਰ ਨੂੰ ਪ੍ਰਸ਼ਾਸਨ ਦੇ ਅਫਸਰਾਂ ਨਾਲ ਮੀਟਿੰਗ ਵੀ ਕੀਤੀ ਜਾਊਗੀ ਤੇ ਜਿਹੜੀਆਂ ਆਪਣੀਆਂ ਦਿੱਕਤਾਂ ਨੇ ਮੁਸ਼ਕਲਾਂ ਉਹਨਾਂ ਦੇ ਸਾਹਮਣੇ ਰੱਖੀਆਂ ਜਾਣਗੀਆਂ ਤਾਂ ਜੋ ਕੋਈ ਨਵਾਂ ਰਸਤਾ ਕੱਢਿਆ ਜਾ ਸਕੇ। ਉਹਨੇ ਵੀ ਕਿਹਾ ਕਿ ਇਲੈਕਟ੍ਰਿਕ ਵਹੀਕਲ ਨੂੰ ਪ੍ਰੋਮੋਸ਼ਨ ਜਿਹੜੀ ਹੈ ਉਹਦੀ ਐਸਾ ਵੀ ਜਿਹੜੀ ਇਲੈਕਟ੍ਰਿਕ ਪਾਲਿਸੀ ਦੇ ਹਿਸਾਬ ਨਾਲ ਹੀ ਹੋ ਤੇ ਡੀਲਰਾਂ ਦੇ ਤਾਂ ਜੋ ਡੀਲਰਾਂ ਦੇ ਵੀ ਸ਼ੋਰੂਮ ਚੱਲਦੇ ਰਹਿਣ ਹੁਣ ਪ੍ਰਸ਼ਾਸਨ ਕਹਿ ਰਹੇ ਨੇ ਕਿ ਰਿਵਿਊ ਵੀ ਸ਼ਾਇਦ ਕਰ ਸਕਦਾਗਾ ਪ੍ਰਸ਼ਾਸਨ ਇਲੈਕਟ੍ਰਿਕ ਪਾਲਿਸੀ ਨੂੰ ਮਿਡ ਟਰਮ ਰਿਵਿਊ ਕਰ ਸਕਦਾਗਾ ਇਸ ਲਈ ਪ੍ਰਸ਼ਾਸਨ ਵੱਲੋਂ ਸਟੇਟ ਆਫਿਸ ਰਜਿਸਟ੍ਰਿੰਗ ਐਂਡ ਅਲਾਈਸਿੰਗ ਅਥਾਰਟੀ ਸਟੇਟ ਟ੍ਰਾਂਸਪੋਰਟ ਅਥਾਰਟੀ ਅਤੇ ਸਬੰਧਤ ਵਿਭਾਗਾਂ ਦੇ ਨਾਲ ਸ਼ਹਿਰ ਦੇ ਸਾਰੇ ਡੀਲਰਾਂ ਨੂੰ ਇੱਕ ਚਿੱਠੀ ਲਿਖ ਕੇ ਵੀ ਪਾਲਿਸੀ ਤੇ ਫੀਡਬੈਕ ਮੰਗਿਆ ਜਾ ਰਿਹਾ ਡਾਇਰੈਕਟਰ এনवायरमेंट ਹੈ ਅਤੇ ਇਲੈਕਟ੍ਰਿਕ ਵਹੀਕਲ ਪਾਲਿਸੀ ਤਿਆਰ ਕਰਨ ਅਤੇ ਇਸ ਦੇ ਨੋਡਲ ਅਫਸਰ ਦਵਿੰਦਰ ਦਲਾਈ ਜਿਹੜੇ ਉਹ ਕਹਿੰਦੇ ਨੇ ਕਿ ਸਮੱਸਿਆ ਆ ਰਹੀਆਂ ਨੇ ਸਬਸਿਡੀ ਲੈ ਕੇ ਕੋਈ ਦਿੱਕਤ ਤਾਂ ਨਹੀਂ ਆ ਪਰ ਪਰਸੈਂਟ ਵਾਈਜ਼ ਸਬਸਿਡੀ ਕਿਸ ਕਿਹੜੇ ਸੈਗਮੈਂਟ ਚ ਵਧਾਉਣ ਦੀ ਜ਼ਰੂਰਤ ਆ ਜਾਂ ਕੰਮ ਘਟ ਕਰਨ ਦੀ ਆ ਇਦੇ ਵਾਸਤੇ ਫੀਡਬੈਕ ਆਉਣ ਤੋਂ ਬਾਅਦ ਹੀ ਤੈਅ ਕੀਤਾ ਜਾਊਗਾ ਉਹਨੇ ਕਿਹਾ ਕਿ ਜਿਹੜੀ ਰਜਿਸਟ੍ਰੇਸ਼ਨ ਤੇ ਕੈਪਿੰਗ ਨੂੰ ਵੀ ਰਿਵਿਊ ਕੀਤਾ ਜਾਊਗਾ ਔਰ ਇਸ ਬਾਰੇ ਜਿਹੜੇ ਅਫਸਰ ਨੇ ਉਹ ਅਫਸਰ ਦਮਿੰਦਰ ਦਲਾਈ ਉਹ ਕਹਿੰਦੇ ਅਗਰ ਡੀਲਰ ਹੈ ਜਾਂ ਬਾਕੀ ਵਿਭਾਗਾਂ ਦੀ ਵੱਲੋਂ ਰਜਿਸਟ੍ਰੇਸ਼ਨ ਕੈਪਿੰਗ ਨੂੰ ਲੈ ਕੇ ਕੋਈ ਫੀਡਬੈਕ ਆਊਗਾ ਤੇ ਉਹਦੇ ਅਨਸਾਰ ਹੀ ਰਿਵਿਊ ਕੀਤਾ ਜਾਊਗਾ ਹੁਣ ਸ਼ਾਇਦ ਵਿੱਚ 9 ਲੋਕੇਸ਼ਨਾਂ ਤੇ 23 ਚਾਰਜਿੰਗ ਸਟੇਸ਼ਨ ਇਸ ਮਹੀਨੇ ਚਾਲੂ ਹੋ ਸਕਦੇ ਨੇ ਇਸ ਸਾਲ ਕੁੱਲ 100 ਤੋਂ ਜ਼ਿਆਦਾ ਚਾਰਜਿੰਗ ਸਟੇਸ਼ਨ ਸ਼ੁਰੂ ਹੋ ਜਾਣਗੇ ਲੇਕਿਨ ਹਾਲੇ 9 ਅਲੱਗ-ਅਲੱਗ ਜਿਹੜੀਆਂ ਲੋਕੇਸ਼ਨਾਂ ਨੇ ਉੱਥੇ 23 ਜਿਹੜੇ ਸਟੇਸ਼ਨ ਆ ਉਹ ਸ਼ੁਰੂ ਕੀਤੇ ਜਾ ਚੁੱਕੇ ਨੇ ਇਸ ਨੂੰ ਲੈ ਕੇ ਅਗਲੇ ਹਫ਼ਤੇ ਹੀ ਸਾਰੀਆਂ ਜਿਹੜੀਆਂ ਲੋੜਾਂ ਨੇ ਜਿਹੜੀਆਂ ਚਾਹੀਦੀਆਂ ਹੈਗੀਆਂ ਲੋੜੀਂਦੇ ਪਾਬੰਧ ਉਹ ਵੀ ਪੂਰੀਆਂ ਪ੍ਰਸ਼ਾਸਨ ਕਰ ਰਿਹਾ ਹੈ ਤੇ ਇਸ ਦੇ ਨਾਵਾ ਜਿਹੜੇ ਰੇਟ ਵੀ ਫਿਕਸ ਕੀਤੇ ਜਾਣਗੇ ਕਿ ਕਿਸ ਹਿਸਾਬ ਦੇ ਨਾਲ ਜਿਹੜੇ ਵੀਕਲ ਨੇ ਉਹ ਚਾਰਜ ਕੀਤੇ ਜਾਣਗੇ ਇਹ ਵੀ ਜ਼ਿਕਰ ਕੀਤਾ ਦੈਨਕ ਪਾਸਕਰ ਖਬਰ ਨੇ ਕਿ ਜੇ ਪਾਲਿਸੀ ਬਰਕਰਾਰ ਰਹੀ ਤਾਂ 1911 ਹੀ ਬਾਕੀ ਨੇ ਬਾਕੀ ਜਿਹੜੇ 4 ਵੀਲਰ ਦੀ ਰਜਿਸਟ੍ਰੇਸ਼ਨ ਵੀ ਹੋਵੇਗੀ ਬੰਦ 2 ਵੀਲਰ ਤੋਂ ਬਾਅਦ ਹੁਣ 4 ਵੀਲਰ ਦੀ ਰਜਿਸਟ੍ਰੇਸ਼ਨ ਵੀ ਬੰਦ ਹੋਣ ਦੇ ਕਰੀਬ ਆ ਇਸ ਵਿੱਤੀ ਬਰੇ ਲਈ ਸਿਰਫ 1911 ਦੀ ਹੀ ਰਜਿਸਟ੍ਰੇਸ਼ਨ ਬਾਕੀ ਹੈ ਇਸ ਤੋਂ ਬਾਅਦ ਰੁਕ ਲੱਗ ਸਕਦੀ ਹੈ ਹਾਲਾਂਕਿ ਇਹ ਰੋਕ 1 April ਤਾਕੀ ਹੋਵੇਗੀ ਇਸ ਤੋਂ ਬਾਅਦ ਅਗਲੇ ਸਾਲ ਦੇ ਟਾਰਗੇਟ ਦੇ ਹਿਸਾਬ ਨਾਲ ਕੰਮ ਕੀਤਾ ਜਾਊਗਾ ਹੁਣ ਦੇਖਦੇ ਹਾਂ ਕਿ ਜਿਹੜਾ ਪ੍ਰਸ਼ਾਸਨ ਨੂੰ 24 ਫਰਵਰੀ ਤੱਕ ਜਵਾਬ ਮੰਗਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਉਹਦੇ 'ਚ ਨਵੀਂ ਕੀ ਅਪਡੇਟ ਆਏਗੀ ਲੇਕਿਨ ਜਿੱਥੇ ਜਿਹੜੇ ਪੈਟਰੋਲ ਨਾਲ ਚੱਲਣ ਵਾਲੇ ਜਿਹੜੇ ਟੂ-ਵੀਲਰ ਵਾਲੀਆਂ ਕੰਪਨੀਆਂ ਤੇ ਜਾਂ ਡੀਲਰ ਸੀ ਉਹ ਵੀ ਪਰੇਸ਼ਾਨ ਨੇ ਸ਼ਹਿਰ ਚੱਲੇ ਜਿਹੜੇ ਇਲੈਕਟ੍ਰਿਕ ਵਹੀਕਲ ਨੂੰ ਚਾਰਜਿੰਗ ਸਟੇਸ਼ਨ ਉਹ ਵੀ ਘਟ ਨੇ ਦੂਜਾ ਜਿਹੜਾ ਲੋਕਾਂ ਦਾ ਇਸ ਮਸਲੇ 'ਚ ਹੱਲੇ ਹੰਗਾਰਾ ਜਿਹੜਾ ਮਿਲਣਾ ਚਾਹੀਦਾ ਉਸ ਪੱਧਰ ਤੇ ਨਹੀਂ ਮਿਲਿਆ ਪਰ ਦਾਅਵੇ ਕੀਤੇ ਜਾ ਰਹੇ ਨੇ ਕਿ ਜਿੱਥੇ ਪਹਿਲਾਂ 1-2 ਵਿਕਦੇ ਸੀ ਇਲੈਕਟ੍ਰਿਕ ਵੀਕਲ ਉਹ ਹੁਣ ਗਿਣਤੀ 4-5 ਦੇ ਕਰੀਬ ਹੋ ਚੁੱਕੇ ਆ ਦੇਖਦੇ ਆ ਕਿ 24 ਫਰਵਰੀ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੀ ਜਿਹੜੀ ਇਲੈਕਟ੍ਰਿਕ ਪਾਲਿਸੀ ਆ ਜਿਸ ਨੂੰ ਲੈ ਕੇ ਚੁਣੌਤੀ ਦਿੱਤੀ ਗਈ ਆ ਉਸ ਤੇ ਕੀ ਨਵੀਂ ਕੁਝ ਅਪਡੇਟ ਆਉਂਦੀ ਆ ਫਿਲਹਾਲ ਇੰਤਜ਼ਾਰ ਕਰਨਾ ਪਏਗਾ ਤਾਂ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ